ਜਿਹਨੂੰ ਪੁੱਛਦੇ ਹਾਂ ਅੱਜ ਕੱਲ੍ਹ ਬਾਹਰ ਜਾਣਾ ਬਾਹਰ ਜਾਣਾ, ਪਰ ਅਖੀਰ ਬਾਹਰ ਪਿਆਰ ਹੈ ਨਹੀਂ ਗਾ ਜੀ, ਪੈਸਾ ਹੈਗਾ ਪਿਆਰ ਹੈ ਨਹੀਂ ਗਾ। ਅਤੇ ਅੱਜ ਕੱਲ੍ਹ ਸੱਤਾਂ ਖਾਲੀ ਹੋ ਗਈਆਂ ਜੀ, ਸੱਤਾਂ 'ਚ ਕੌਣ ਹੁੰਦਾ, ਪਹਿਲਾਂ ਪੁਰਾਣੇ ਬਜ਼ੁਰਗ ਬਹਿੰਦੇ ਸੀ, ਗੱਲਾਂ ਹਾਲ ਚਾਲ ਸੱਤਾਂ ਖਾਲੀ ਹੋਈਆਂ ਪਈਆਂ ਨੇ ਪਿੰਡਾਂ 'ਚ। ਜਿਹਨੂੰ ਪੁੱਛਦੇ ਹਾਂ ਵੀ ਬਾਹਰ ਗਿਆ ਬਾਹਰ ਗਿਆ, ਇਕੱਲਾ ਪੈਸਾ ਜੀ, ਬਾਹਰ ਪਿਆਰ ਹੈ ਨਹੀਂ, ਪੱਕਾ ਪੀ ਆਰ ਹੋ ਗਿਆ ਉਹਨੂੰ, ਐਂ ਮੇਰੇ ਮਾਂ ਪਿਓ ਵੀ ਮੇਰੇ ਨਾਲ ਰਹਿਣ। ਬਟ ਜਿਹੜਾ ਬੰਦਾ ਸ਼ੁਰੂ ਤੋਂ ਜਿੱਥੇ ਰਿਹਾ ਉਹ ਤਾਂ ਉੱਥੇ ਰਹੂਗਾ ਨਾ ਜੀ। ਉਹ ਮਤਲਬ ਉਹ ਸਮੇਂ ਨੂੰ ਉਹ ਜਗ੍ਹਾ ਨੂੰ ਨਹੀਂ ਭੁੱਲਦਾ ਜੀ। ਜਿਹਨਾਂ ਨੂੰ ਤਾਂ ਲੋੜ ਆ ਉਹਨਾਂ ਲਈ ਕੁਝ ਹੱਦ ਤੱਕ ਸਹੀ ਵੀ ਆ, ਪਰ ਜਿਹਨਾਂ ਕੋਲ ਸਭ ਕੁਝ ਹੈਗਾ, ਜੇ ਉਹਨਾਂ ਜਿਹਦੀ ਰੋਟੀ ਪੱਕਦੀ ਆ ਉਹਨੂੰ ਤਾਂ ਬਾਹਰ ਜਾਣ ਦੀ ਬਹੁਤੀ ਲੋੜ ਨਹੀਂ। ਜਿਹਦੇ ਕੋਲ ਜ਼ਮੀਨ ਆ, ਮੈਂ ਤਾਂ ਉਹ ਵੀ ਵੇਖੇ ਜਿਹੜੇ 40-40 ਕਿੱਲੇ ਵਾਲੇ, ਉਹ ਵੀ ਬਾਹਰ ਜਾਈ ਜਾਂਦੇ, ਉੱਥੇ ਜਾ ਕੇ ਸ਼ਿਫਟਾਂ ਲਾਉਂਦੇ। ਜਿਵੇਂ ਹੁਣ ਤੁਸੀਂ ਕਿਹਾ ਮਤਲਬ ਨੌਜਵਾਨ ਪੀੜ੍ਹੀ ਬਾਹਰ ਜਾ ਰਹੀ ਆ, ਜਿਹਨੂੰ ਪੁੱਛਦੇ ਹਾਂ ਅੱਜ ਕੱਲ੍ਹ ਬਾਹਰ ਜਾਣਾ ਬਾਹਰ ਜਾਣਾ, ਪਰ ਅਖੀਰ ਬਾਹਰ ਪਿਆਰ ਹੈ ਨਹੀਂ ਗਾ ਜੀ, ਪੈਸਾ ਹੈਗਾ ਪਿਆਰ ਹੈ ਨਹੀਂ ਗਾ। ਹਾਂਜੀ, ਇੱਥੇ ਸਾਡੇ ਪਰਿਵਾਰ ਨੇ, ਅਸੀਂ, ਸਾਡੀ ਵਿਰਾਸਤ ਹੈ, ਧਰਮ ਹੈ, ਪੰਜਾਬੀਅਤ ਹੈ, ਸਾਰੀ ਕੌਮ ਹੈ ਜੀ। ਹਾਂਜੀ, ਸਾਡੀ ਸਾਰੀ ਕੌਮ ਵੀ ਹੈ, ਅਤੇ ਉੱਥੇ ਵੀ ਪੰਜਾਬੀ ਆਪਣੀ ਵਿਰਸੇ ਨੂੰ ਲੈ ਕੇ ਤਾਂ ਗਈ ਨੇ, ਪਰ ਇੱਕ ਸਾਡੀਆਂ ਜੜ੍ਹਾਂ ਨੇ ਇੱਥੇ ਕਹਿ ਸਕਦੇ। ਹਾਂਜੀ, ਆਪਣੀਆਂ ਜੜ੍ਹਾਂ ਤਾਂ ਇੱਥੇ ਹੀ ਨੇ, ਆਪਣੇ ਪੁਰਾਣੇ ਬਜ਼ੁਰਗ ਕਿਤੇ। ਅੱਜ ਕੱਲ੍ਹ ਸੱਤਾਂ ਖਾਲੀ ਹੋ ਗਈਆਂ ਜੀ, ਸੱਤਾਂ 'ਚ ਕੌਣ ਹੁੰਦਾ, ਪਹਿਲਾਂ ਪੁਰਾਣੇ ਬਜ਼ੁਰਗ ਬਹਿੰਦੇ ਸੀ, ਗੱਲਾਂ ਹਾਲ ਚਾਲ ਸੱਤਾਂ ਖਾਲੀ ਹੋਈਆਂ ਪਈਆਂ ਨੇ ਪਿੰਡਾਂ 'ਚ। ਜਿਹਨੂੰ ਪੁੱਛਦੇ ਹਾਂ ਵੀ ਬਾਹਰ ਗਿਆ ਬਾਹਰ ਗਿਆ, ਇਕੱਲਾ ਪੈਸਾ ਜੀ, ਬਾਹਰ ਪਿਆਰ ਹੈ ਨਹੀਂ ਗਾ। ਇਹ ਵੀ ਆ ਕਿ ਜਿਹੜੇ ਬਜ਼ੁਰਗ ਆ, ਜਿਹੜੇ ਕਹਿੰਦੇ ਕਿ ਜਿਹੜੇ ਬਜ਼ੁਰਗ ਕੁਛ ਬਾਹਰ ਗਏ ਵੀ ਨੇ, ਉਹਨਾਂ ਦੀ ਵੀ ਹੁੱਬ ਨਿਕਲਦੀ ਵੀ ਅਸੀਂ ਉਹ ਸੱਥ 'ਚ ਬੈਠੇ ਹੋਈਏ, ਪਰ ਉਹ ਸੱਥ ਵੀ ਉਹਨਾਂ ਨੂੰ ਉਡੀਕਦੀ ਆ, ਪਰ ਫਿਰ ਵੀ ਕਿਤੇ ਨਾ ਕਿਤੇ ਉਹ ਵਿਰਾਨ ਨੇ, ਕਿਉਂਕਿ ਬੱਚੇ ਚਾਹੁੰਦੇ ਨੇ ਕਿ ਉਹਨਾਂ ਦਾ ਮਾਂ ਪਿਓ ਵੀ ਉਹਨਾਂ ਕੋਲ ਆ ਜਾਏ। ਹਾਂਜੀ, ਇਹ ਤਾਂ ਹੁੰਦਾ ਹੀ, ਮਤਲਬ ਜਿਹੜਾ ਹੁਣ ਪੱਕਾ ਪੀ ਆਰ ਹੋ ਗਿਆ ਉਹਨੂੰ ਐਂ ਵੀ ਮੇਰੇ ਮਾਂ ਪਿਓ ਵੀ ਮੇਰੇ ਨਾਲ ਰਹਿਣ। ਬਟ ਜਿਹੜਾ ਬੰਦਾ ਸ਼ੁਰੂ ਤੋਂ ਜਿੱਥੇ ਰਿਹਾ ਉਹ ਤਾਂ ਉੱਥੇ ਰਹੂਗਾ ਨਾ ਜੀ। ਉਹ ਮਤਲਬ ਉਹ ਸਮੇਂ ਨੂੰ ਉਹ ਜਗ੍ਹਾ ਨੂੰ ਨਹੀਂ ਭੁੱਲਦਾ ਜੀ। ਉਹ ਮਿੱਟੀ 'ਚ ਜਿੱਥੇ ਉਹ ਜੰਮਿਆ, ਹੋ ਸਕਦਾ ਉਹ ਕਿਸੇ ਜਗ੍ਹਾ 'ਤੇ ਜਾ ਸਕਦਾ, ਕਿਸੇ ਕੰਮ ਲਈ ਜਾ ਸਕਦਾ, ਪਰ ਮਤਲਬ ਰਹਿਣ ਲਈ ਜਗ੍ਹਾ ਤਾਂ ਉਹਦੀ, ਦੁਨੀਆਂ ਦੀ ਸਭ ਤੋਂ ਅਮੀਰ ਜਗ੍ਹਾ ਤਾਂ ਉਹਦੀ ਉਹੀ ਹੈ ਨਾ। ਉਹੀ ਗੱਲ ਹੈ ਨੀ, ਦੁਨੀਆਂ ਦੀ ਸਭ ਤੋਂ ਅਮੀਰ ਜਗ੍ਹਾ ਤਾਂ ਉਹਦੀ ਉਹੀ ਹੈ ਨਾ। ਹੁਣ ਅਸੀਂ ਮਤਲਬ ਫਤਿਹਗੜ੍ਹ ਸਾਹਿਬ ਆਉਂਦੇ ਹਾਂ, ਤਾਂ ਅਗਲੇ ਸਾਲ, ਹੁਣ ਅਗਲਾ ਸਾਲ ਜਦੋਂ ਵੀ ਆਪਾਂ ਆਉਣਾ, ਉਦੋਂ ਬਹੁਤ ਮਨ ਕਰਦਾ ਵੀ ਜਾਈਏ ਅਤੇ ਸੇਵਾ ਕਰੀਏ ਫਤਿਹਗੜ੍ਹ ਸਾਹਿਬ ਵਿਖੇ, ਅਤੇ ਉਹ ਤਾਂ ਫਿਰ ਵੀ ਆਪਣਾ ਪਿੰਡ ਆ। ਤੁਸੀਂ ਕਦੇ ਇਹ ਨਹੀਂ ਸੋਚਿਆ ਕਿ ਮੈਂ ਵੀ ਦੂਜਾ ਵਾਂਗੂ ਬਾਹਰ ਜਾਣ? ਨਹੀਂ, ਕਿਤੇ ਵੇਖਿਆ ਜਾਵੇ ਤਾਂ ਜਿਹਨਾਂ ਨੂੰ ਤਾਂ ਲੋੜ ਆ ਉਹਨਾਂ ਲਈ ਕੁਝ ਹੱਦ ਤੱਕ ਸਹੀ ਵੀ ਆ, ਪਰ ਜਿਹਨਾਂ ਕੋਲ ਸਭ ਕੁਝ ਹੈਗਾ, ਜੇ ਉਹਨਾਂ ਜਿਹਦੀ ਰੋਟੀ ਪੱਕਦੀ ਆ ਉਹਨੂੰ ਤਾਂ ਬਾਹਰ ਜਾਣ ਦੀ ਬਹੁਤੀ ਲੋੜ ਨਹੀਂ। ਜਿਹਦੇ ਕੋਲ ਜ਼ਮੀਨ ਆ, ਮੈਂ ਤਾਂ ਉਹ ਵੀ ਵੇਖੇ ਜਿਹੜੇ 40-40 ਕਿੱਲੇ ਵਾਲੇ, ਉਹ ਵੀ ਬਾਹਰ ਜਾਈ ਜਾਂਦੇ, ਉੱਥੇ ਜਾ ਕੇ ਸ਼ਿਫਟਾਂ ਲਾਉਂਦੇ ਆ। ਜਿਹਦਾ ਨਹੀਂ ਸਰਦਾ ਉਹਨੂੰ ਜਾਣਾ ਵੀ ਚਾਹੀਦਾ, ਜਿਹਦਾ ਸਰਦਾ ਉਹ ਤਾਂ ਆਪਦੇ ਮਾਂ ਪਿਓ ਕੋਲ ਰਹੇ। ਇੱਕ ਦੀ ਤਾਂ ਮਜਬੂਰੀ ਆ, ਇੱਕ ਦੀ ਤਾਂ ਮਜਬੂਰੀ ਆ ਗਈ ਨਾ, ਜਿਹਦਾ ਸਰਦਾ ਉਹ ਤਾਂ ਆਪਦੇ ਮਾਂ ਪਿਓ ਕੋਲ ਰਹੇ। ਕਿਉਂਕਿ ਮਾਂ ਇਕੱਲੇ ਇਕੱਲੇ ਪੋਤਾ, ਉਹ ਵੀ ਬਾਹਰ ਮਾਂ ਪਿਓ ਪਿੱਛੇ, ਇਕੱਲੇ ਇਕੱਲੇ ਪੋਤਾ। ਹੁਣ ਵੇਖਦੀਆਂ ਸਾਡੇ, ਮੇਰਾ ਪਿੰਡ ਭਾਗਸਰ ਆ ਜੀ, ਸਾਡੇ ਨਾਲ ਦੇ ਪਿੰਡ ਐਕਸੀਡੈਂਟ ਹੋ ਗਿਆ ਸੀ ਮੁੰਡੇ ਦਾ, ਇਕੱਲਾ ਕਹਿਰਾ ਮੁੰਡਾ ਸੀ, ਗੰਦੜ ਪਿੰਡ ਸੀ ਮੁੰਡੇ ਦਾ, ਅਮੈਰੀਕਾ ਦੇ ਵਿੱਚ ਸੀ, ਅਤੇ ਉਹ ਬੰਦੇ ਦੀ ਲਾਸ਼ ਨਹੀਂ ਆਈ 3 ਦਿਨ, ਅਤੇ ਮਾਂ ਪਿਓ ਕਿੰਨਾ ਦੁਖੀ ਹੋਊਗਾ, 5 ਕਿੱਲੇ ਪੈਲੀ ਸੀ, ਅਤੇ ਠੀਕ ਠਾਕ ਬਹੁਤ ਸੋਹਣਾ ਸੁਨੱਖਾ ਮੁੰਡਾ ਸੀ, ਐਕਸੀਡੈਂਟ ਹੋ ਗਿਆ ਅਤੇ ਟਰੱਕ ਚਲਾਉਂਦਾ ਸੀ, ਅਤੇ ਉਹਨਾਂ ਨੂੰ ਹੀ ਪਤਾ ਬਈ ਉਹਨਾਂ ਦਾ ਇੱਕ ਚਿਰਾਗ ਬੁਝ ਗਿਆ। ਅਕਸਰ ਲੜਾਈ ਤਾਂ 2 ਰੋਟੀਆਂ ਦਾ ਸੰਘਰਸ਼ ਸੀਗਾ, ਜਿਹਨੂੰ ਐਡਾ ਵੱਡਾ ਬਣਾ ਲਿਆ ਗਿਆ, ਅਤੇ ਜ਼ਿੰਦਗੀ ਗਈ ਤਾਂ ਹੁਣ ਜ਼ਿੰਦਗੀ ਨਹੀਂ ਮੁੜਦੀ। ਖਾਸ ਤੌਰ 'ਤੇ ਜਿਹੜਾ ਇੱਕ ਇਹ ਵੀ ਹੈ ਕਿ
ਇੱਕ ਰੁਝਾਨ ਵੀ ਬਣ ਗਿਆ, ਕਿਸੇ ਦੇ ਕੋਲ ਮਤਲਬ ਕੋਈ ਗੱਲ ਹੋਰ ਕਹਿਣ ਸੋਚਣ ਦੀ ਰਹੀ ਨਹੀਂ, ਹੁਣ ਇੱਕ ਮਤਲਬ ਇੱਕ ਇਸ ਤਰ੍ਹਾਂ ਦਾ ਵਾਤਾਵਰਨ ਵੀ ਇਸ ਤਰ੍ਹਾਂ ਦਾ ਬਣ ਗਿਆ। ਸਹੀ ਗੱਲ ਹੈ ਜੀ, ਅੱਜ ਕੱਲ੍ਹ ਲੋਕਾਂ ਨੇ ਟਰੈਂਡ ਬਣਾਇਆ ਹੋਇਆ, ਪਲੱਸ ਟੂ ਕੀਤੀ ਮੇਰੇ ਵਰਗੇ ਨੇ, ਚਲੋ ਬਾਹਰ ਜੀ, ਆਹੀ ਗੱਲਾਂ ਚੱਲਦੀਆਂ, ਯੂਕੇ ਜਾਣਾ ਬਾਈ, ਆਸਟ੍ਰੇਲੀਆ ਜਾਣਾ, ਕੈਨੇਡਾ ਜਾਣਾ।